ਮਹਾਂ ਪੰਚਾਇਤ ਦੇ ਵਿੱਚ ਕੀ ਕੁਝ ਅੱਜ ਖਾਸ ਰਹਿਣ ਵਾਲਾ ਔਰ ਇਸ ਤੋਂ ਬਾਅਦ ਅਗਲਾ ਮੋਰਚਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਪਲਾਨ ਕੀਤਾ ਜਾਣਾ? ਕਿਉਂਕਿ ਸਿੱਧੇ ਤੌਰ ਦੇ ਉੱਪਰ ਜ਼ਿਕਰ ਕੀਤਾ ਜਾਵੇ ਤਾਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਔਰ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਇਹ ਪਹਿਲੀ ਜਿੱਤ ਜਿਹੜੀ ਆ ਉਹ ਮਨਾਈ ਜਾ ਰਹੀ ਹੈ। ਕਿਰਤੀ ਕਿਸਾਨ ਜੀ ਤੋਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਾਡੇ ਨਾਲ ਨੇ, ਅੱਜ ਚੰਡੀਗੜ੍ਹ 'ਚ ਪਹੁੰਚੇ ਹੋ, ਕਿਵੇਂ ਦਾ ਅਹਿਸਾਸ ਹੈ? ਅਗਲਾ ਮੋਰਚਾ ਜਿਹੜਾ ਹੈਗਾ ਕਿਵੇਂ ਉਸ ਚੀਜ਼ ਨੂੰ ਦੇਖਦੇ ਹੋ ਅੱਜ ਜਿਹੜੀ ਮਹਾਂ ਪੰਚਾਇਤ ਕੀਤੀ ਗਈ ਖਾਸ ਤੌਰ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੀ ਰਾਜਧਾਨੀ 'ਚ ਪੰਜਾਬੀਆਂ ਦੇ ਵੜਨ 'ਤੇ ਲੰਮਾ ਸਮਾਂ ਪਾਬੰਦੀ ਰਹੀ। ਪੰਜਾਬੀਆਂ ਨੇ ਜਦੋਂ ਕੇਂਦਰ ਦੀ ਸਰਕਾਰ ਦੀ ਗੋਡ ਨਹੀਂ ਲਵਾਈ ਆ, ਆਪਣੀ ਤਾਕਤ ਵਧਾਈ ਆ, ਅਤੇ ਅੱਜ 16 ਸਾਲਾਂ ਬਾਅਦ ਪ੍ਰਸ਼ਾਸਨ ਨੇ ਜਗ੍ਹਾ ਜਗ੍ਹਾ ਬੋਰਡ ਲਿਖ ਕੇ ਲਾਏ ਆ ਕਿ ਕਿਸਾਨ ਰੈਲੀ ਨੂੰ ਜਾਣ ਵਾਸਤੇ ਰਸਤਾ ਇੱਧਰ ਹੈ ਅਤੇ ਉਹ ਰਸਤਾ ਚੰਡੀਗੜ੍ਹ ਦੇ ਵਿਚਕਾਰ 34 ਸੈਕਟਰ 'ਚ ਹੈਗਾ। ਜਿਹੜੀ ਇੱਥੇ ਡੈਮੋਕ੍ਰੈਟਿਕ ਸਪੇਸ ਜਿਹੜੀ ਵੀ ਖੋਈ ਜਾ ਰਹੀ ਆ ਉਹ ਕਿਸੇ ਨੇ ਨਹੀਂ ਦੇਣੀ, ਲੋਕਾਂ ਨੇ ਆਪਣੀ ਤਾਕਤ ਦੇ ਨਾਲ ਹੀ ਜਿਹੜੀ ਹੈ ਲੈਣੀ ਹੈ। ਪਹਿਲੀ ਗੱਲ ਇਹ। ਦੂਸਰੀ ਗੱਲ ਕਿ ਪੰਜਾਬ ਜਿੱਥੇ ਬਾਬੇ ਦੀ ਬਾਣੀ ਨੇ ਕਿਹਾ ਕਿ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਜਿੱਥੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ, ਅਤੇ ਜਿਨ੍ਹਾਂ ਔਲਾਦਾਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜੇ, ਪਿਤਾ ਨਾ ਰਵੇ ਉਹਨਾਂ ਕੋਲ, ਅਤੇ ਔਲਾਦਾਂ ਰੁੱਲ ਜਾਂਦੀਆਂ ਨੇ, ਅਤੇ ਪੰਜਾਬ ਦੇ ਸਿਰੋਂ ਜਿਹੜਾ ਪਾਣੀ ਪਿਤਾ ਕਿਹਾ ਬਾਣੀ ਨੇ ਉਹਦਾ ਸਾਇਆ ਉੱਠਣ ਵਾਲਾ ਜੇ ਪੰਜਾਬੀ ਅਵੇਸਲੇ ਰਹੇ ਤਾਂ। 2039 ਤੱਕ ਦਾ ਪੰਜਾਬ ਕੋਲ ਧਰਤੀ ਹੇਠਲਾ ਪਾਣੀ ਆ। ਅਸੀਂ ਐਵਰੇਜ 67 ਮਿਲੀਅਨ ਏਕੜ ਪਾਣੀ ਇੱਕ ਸਾਲ ਵਰਤਦੇ ਹਾਂ, ਉਹਦੇ 'ਚੋਂ 12.5 ਤੋਂ 13 ਮਿਲੀਅਨ ਏਕੜ ਫੁੱਟ ਸਾਨੂੰ ਦਰਿਆਈ ਪਾਣੀ ਮਿਲਦਾ, 26 ਮਿਲੀਅਨ ਏਕੜ ਫੁੱਟ ਪਾਣੀ ਸਾਨੂੰ ਬਾਰਿਸ਼ ਦਾ ਮਿਲਦਾ, 28 ਮਿਲੀਅਨ ਏਕੜ ਫੁੱਟ ਪਾਣੀ ਧਰਤੀ ਹੇਠੋਂ ਕੱਢਦੇ ਹਾਂ, 17 ਮਿਲੀਅਨ ਏਕੜ ਫੁੱਟ ਪਾਣੀ ਮੁੜ ਭਰਪਾਈ ਹੋ ਜਾਂਦਾ, ਅਤੇ 11 ਮਿਲੀਅਨ ਏਕੜ ਫੁੱਟ ਦਾ ਪਰ ਈਅਰ ਸਾਨੂੰ ਘਾਟਾ ਪੈ ਰਿਹਾ। ਅਤੇ ਹਾਈਡਰੋਲੋਜੀ ਦੇ ਵਿਗਿਆਨੀਆਂ ਮੁਤਾਬਕ ਜਿਹੜੀ 2016 'ਚ ਉਹਨਾਂ ਨੇ ਕਿਹਾ, 2016 'ਚ ਪੰਜਾਬ ਦੇ ਕੋਲ 261 ਮਿਲੀਅਨ ਏਕੜ ਫੁੱਟ ਪਾਣੀ ਸੀ ਧਰਤੀ ਹੇਠ, ਜੇ ਪਰ ਈਅਰ 11 ਮਿਲੀਅਨ ਏਕੜ ਫੁੱਟ ਘੱਟ ਰਿਹਾ ਤਾਂ 2039 ਤੱਕ ਅਸੀਂ ਧਰਤੀ ਖਾਲੀ ਕਰ ਲੈਣੀ ਆ। ਔਰ ਧਰਤੀ ਹੇਠਲਾ ਪਾਣੀ ਧਰਤੀ ਹੇਠ ਜੈੱਕ ਦਾ ਕੰਮ ਕਰਦਾ, ਜਦੋਂ ਕਿਸੇ ਚੀਜ਼ ਹੇਠੋਂ ਜੈੱਕ ਨਿਕਲ ਜੇ ਤਾਂ ਚੀਜ਼ ਦੜਮ ਜਾ ਪੈਂਦੀ ਆ। ਆਉਣ ਵਾਲੇ ਸਾਲਾਂ 'ਚ ਪੰਜਾਬ 'ਚ ਧਰਤੀ ਧੱਸਣ ਦੀਆਂ ਘਟਨਾਵਾਂ ਵਾਪਰਨਗੀਆਂ, ਜੇ ਧਰਤੀ ਹੇਠਲਾ ਜਿਹੜਾ ਖੋਲ ਹੈਗਾ ਉਹ ਨਾ ਖਤਮ ਹੋਇਆ ਤਾਂ। ਦੂਸਰਾ ਜਿਹੜਾ ਹੈਗਾ ਮਾਮਲਾ ਕਿ ਜਿਹੜਾ ਸਮੁੰਦਰ ਦਾ ਖਾਰਾ ਪਾਣੀ ਆ, ਜੇ ਧਰਤੀ ਹੇਠਲਾ ਖੋਲ ਖਾਲੀ ਹੁੰਦਾ ਸਮੁੰਦਰ ਦਾ ਪਾਣੀ ਵੀ ਇੱਧਰ ਜਿਹੜਾ ਹੈਗਾ ਉਹ ਦੌੜੇਗਾ ਅਤੇ ਪੰਜਾਬ ਦੀ ਧਰਤੀ 'ਚ ਖਾਰਾ ਪਾਣੀ ਜਿਹੜਾ ਹੈਗਾ ਭਰ ਜਾਏਗਾ। ਇਸ ਕਰਕੇ ਪਾਣੀਆਂ ਦਾ ਮੁੱਦਾ ਸਭ ਤੋਂ ਪਹਿਲਾਂ ਪੰਜਾਬ ਦੀ ਅਸੈਂਬਲੀ 'ਚ ਪਾਣੀਆਂ ਦੇ ਮੁੱਦੇ 'ਤੇ ਕੋਈ ਨੀਤੀ ਬਣੇ, ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਲਕੀ ਲੈਣ ਵਾਸਤੇ 78, 79, 80 ਸੈਕਸ਼ਨ ਜਿਹੜਾ ਪੰਜਾਬ ਪੁਨਰਗਠਨ ਐਕਟ ਦਾ, ਜਿਹਦੇ ਤਹਿਤ ਕੇਂਦਰ ਨੇ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਿਆ, ਉਹਨੂੰ ਰੱਦ ਕਰਨ ਵਾਸਤੇ ਭਗਵੰਤ ਮਾਨ ਸਰਕਾਰ ਅਸੈਂਬਲੀ ਦੇ ਵਿੱਚ ਕਾਨੂੰਨ ਪਾਸ ਕਰੇ। ਅੱਜ ਮੇਨ ਇਸ ਮੰਗ ਨੂੰ ਲੈ ਕੇ ਅਸੀਂ ਇੱਥੇ ਹਾਜ਼ਰ ਹੋਏ। ਧੰਨਵਾਦ। ਤਾਂ ਦੂਸਰੀ ਤਰਫ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜਿਹੜਾ ਹੈਗੇ ਰਕੇਸ਼ ਟਕੈਤ ਪਹੁੰਚੇ, ਖਾਸ ਤੌਰ ਦੇ ਉੱਪਰ ਉਹਨਾਂ ਨਾਲ ਵੀ ਜਿਹੜਾ ਹੈਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਕਿ ਹਮ ਸਭ ਸਾਥ ਮੇਂ ਹੈ। ਕਬ ਤੱਕ ਇਹ ਫੈਸਲਾ ਹੋ ਜਾਏਗਾ? ਅਭੀ ਕਾਹੇ ਹਮ ਯਹਾਂ ਪਰ ਕਮੇਟੀ ਲੇਗੀ ਜੋ ਵੀ ਨਿਰਣਾ ਲੇਗੀ ਆਜ ਰਹਿਣਾ ਹੋਗਾ ਆਜ ਯਹਾਂ ਪਰ ਕਿਉਂਕਿ ਔਰ ਵੀ ਅੰਤਿਮ ਕਿਆ ਨਹੀਂ ਨਹੀਂ ਜੋ ਵੀ ਕਮੇਟੀ ਦਾ ਨਿਰਣਾ ਹੋਗਾ ਹਮ ਸਭ ਸਾਥ ਮੇਂ ਹੈ। ਕਿਸਾਨਾਂ ਦੇ ਨਾਲ ਆਏ, ਇਹ ਕਬ ਤੱਕ ਐਨਾਉਂਸ ਹੋ ਜਾਏਗਾ, ਕਿਆ ਫੈਸਲਾ ਲੈ ਰਹੇ ਹੋ? ਅਭੀ ਮਿਲेंगे ਬਾਤ ਕਰेंगे ਅਭੀ ਤਾਂ ਹਮ ਆਏ ਹੈ। ਤੁਸੀਂ ਚੰਡੀਗੜ੍ਹ ਪਹੁੰਚੇ ਹੋ ਜੀ, ਪਾਣੀਆਂ ਦੇ ਮਸਲੇ ਤੇ ਧਰਨਾ ਲੱਗਿਆ ਹੋਇਆ, ਤੁਹਾਡਾ ਪਹੁੰਚਣ ਦਾ ਮਕਸਦ ਕੀ ਹੈ? ਦੇਖੋ ਯਹਾਂ ਪੇ ਜੋ ਲੋਕਲ ਕੇ ਜੋ ਇਸ਼ੂ ਹੈ ਔਰ ਜੋ ਸਟੇਟ ਸੇ ਇਸ਼ੂ ਹੈ, ਉਨ ਇਸ਼ੂ ਪੇ ਵੀ ਬਾਤਚੀਤ ਕਰੇਗੇ ਯਹਾਂ ਕੀ ਕਮੇਟੀ ਸੇ, ਔਰ ਜੋ ਯਹਾਂ ਕਾ ਮਾਮਲਾ ਹੈ ਵੋ ਸਰਕਾਰ ਉਸਕਾ ਸਮਾਧਾਨ ਨਿਕਾਲ ਰਹੇ।
ਔਰ ਕੀ ਰਣਨੀਤੀ ਪਲਾਨ ਕੀ ਹੈ? ਕੇਂਦਰ ਵੀ ਕਈ ਮਸਲਿਆਂ ਦੇ ਵਿੱਚ ਬਾਹਰ ਨਿਕਲ ਰਹੀ ਸੀ, ਪੰਜਾਬ ਦੇ ਵਿੱਚ ਹਰਿਆਣੇ ਨੇ ਨੋਟਿਸ ਦਿੱਤਾ, ਹੁਣ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੀ ਹੈ, ਉਹਨਾਂ ਤੱਕ ਤੁਸੀਂ ਕਿਵੇਂ ਹੱਲ ਕਰਵਾਓਗੇ? ਉਹ ਪੋਲੀਟੀਕਲ ਇਸ਼ੂ ਹੈ ਜ਼ਿਆਦਾਤਰ, ਅਤੇ ਪੋਲੀਟੀਕਲ ਸਿਸਟਮ ਹੈ। ਹਰਿਆਣਾ ਔਰ ਪੰਜਾਬ ਪਾਣੀ ਕੇ ਮਾਮਲੇ ਮੇਂ ਉਲਝਣ ਆਪਸ ਮੇਂ, ਕਿਉਂਕਿ ਪੰਜਾਬ ਦੇ ਵਿੱਚ ਵੀ ਪਾਣੀ ਜਿਹੜਾ ਲਗਾਤਾਰ ਘੱਟ ਰਿਹਾ। ਮੁੱਖ ਮੰਤਰੀ ਕਹਿੰਦੇ ਵੀ ਹਰਿਆਣਾ ਸਾਡਾ ਛੋਟਾ ਭਰਾ ਵਾ, ਉਹਨੂੰ ਵੀ ਪਾਣੀ ਦੇਵਾਂਗੇ। ਸੋ ਕਿਵੇਂ ਇਹ ਚੀਜ਼ਾਂ ਨੂੰ ਤੁਸੀਂ ਦੇਖਦੇ ਹੋ ਕਿ ਹੋ ਸਕਦਾ ਹੈ ਪੋਸੀਬਲ? ਟੈਕਨੀਕਲ ਇਸ਼ੂ ਹੈ ਔਰ ਇਸਕੀ ਸਭ ਕਮੇਟੀਆਂ ਬਣੀ ਹੋਈ ਹੈ, ਲੇਕਿਨ ਜਥੇਬੰਦੀ ਕੋ ਇਸਸੇ ਦੂਰ ਰਹਿਣਾ ਚਾਹੀਏ। ਭਾਰਤ ਸਰਕਾਰ ਇਹ ਚਾਹਤੀ ਹੈ ਕਿ ਜਥੇਬੰਦੀ ਆਪਸ ਮੇਂ ਬਟੇ। MSP ਗਾਰੰਟੀ ਕਾਨੂੰਨ ਦੇਸ਼ ਮੇਂ ਆਉਣਾ ਚਾਹੀਏ, ਉਸੀ ਸੇ ਹੀ ਕਿਸਾਨ ਕਾ ਭਲਾ ਹੋਗਾ। ਉਹ ਇੱਕ ਬੜਾ ਇਸ਼ੂ ਹੈ ਔਰ ਪੂਰਾ ਦੇਸ਼ ਉਸ ਇਸ਼ੂ ਪਰ ਸਾਥ ਮੇਂ ਹੈ। ਸੰਭਵ ਹੈ, ਅਗਰ ਆਏਗੇ ਤਾਂ ਸੰਭਵ ਹੈ, ਔਰ ਬਾਤਚੀਤ ਕਰਕੇ ਆਏ ਤਾਂ ਯਹਾਂ ਪੇ ਆਗੇ, ਲੇਕਿਨ ਟਰੈਕਟਰੋਂ ਸੇ ਡਰਤੇ ਹੈਂ ਸਾਹਿਬ, ਟਰੈਕਟਰੋਂ ਸੇ ਨਾ ਹੋ ਵੈਸੇ ਆ ਜਾਏ। ਹਾਂ ਨਹੀਂ, ਚਲੋ ਇੱਕ ਆਧ ਦਿਨ ਤੋਂ ਬਿਨਾਂ ਟਰੈਕਟਰ ਕੇ ਵੀ ਆ ਜਾਣਾ ਚਾਹੀਏ। MSP ਦੇ ਲਈ ਤੁਸੀਂ ਇਕੱਠੇ ਹੋਵੋਗੇ ਜੀ? MSP ਕੇ ਲਈ ਪੂਰਾ ਦੇਸ਼ ਇਕੱਠਾ ਹੈ। ਕਦੋਂ ਸੜਕ ਤੇ ਪਹਿਲਾਂ ਦੀ ਤਰ੍ਹਾਂ ਮਿਲ ਸਕਦਾ ਕਿਸਾਨ ਜਾਂ ਹਜੇ ਵੇਟ ਕਰੋਗੇ ਜੀ? ਸੜਕ ਪੇ ਪ੍ਰਦਰਸ਼ਨ MSP ਦੇ ਲਈ ਸੜਕ ਤੇ ਉਤਰਨਾ ਪਵੇ ਤਾਂ ਉਤਰੋਗੇ? ਉਤਰੇਗੇ ਸੜਕ ਪੇ ਤਾਂ ਉਤਰ ਹੀ ਰਹੇ। ਪੂਰੇ ਦੇਸ਼ ਮੇਂ MSP ਕੀ ਆਵਾਜ਼ ਹੈ, ਵਿਪਕਸ ਔਰ ਸਰਕਾਰ ਪਾਰਲੀਮੈਂਟ ਮੇਂ ਅਗਰ MSP ਕੀ ਬਾਤ ਕਰ ਰਹੀ ਹੈ ਤਾਂ ਇਸਕਾ ਮਤਲਬ ਉਹ ਚਰਚਾ ਹੈ, ਯਹੀ ਆੰਦੋਲਨ ਹੋਤਾ ਹੈ ਕਿ ਸੱਤਾ ਪਕਸ਼ ਔਰ ਵਿਪਕਸ਼ ਕਿਸੀ ਮੁੱਦੇ ਪੇ ਬਾਤਚੀਤ ਕਰੇ, ਤਾਂ ਉਹੀ ਇੱਕ ਆੰਦੋਲਨ ਕਾ ਹਿੱਸਾ ਹੈ ਕਿ ਆੰਦੋਲਨ ਸਕਸੈਸਫੁਲ ਹੈ। ਬਿਲਕੁਲ, ਕਰਜ਼ਾ ਮਾਫ਼ੀ ਹੋਣਾ ਚਾਹੀਏ। ਕਰਜ਼ਾ ਕਿਉਂ ਹੋ ਕਿਸਾਨ ਕੇ ਉੱਪਰ? ਹਮਕੋ ਫਸਲੋਂ ਕੇ ਦਾਮ ਅਗਰ ਦੇ ਦੋਗੇ ਤਾਂ ਕਰਜ਼ਾ ਹੋਗਾ ਹੀ ਨਹੀਂ। ਇਹ ਸਰਕਾਰੋਂ ਕੀ ਗਲਤ ਪੋਲਿਸੀ ਸੇ ਕਰਜ਼ਾ ਹੈ, ਤਾਂ ਕਰਜ਼ਾ ਪੂਰਾ ਮਾਫ਼ ਹੋਣਾ ਚਾਹੀਏ। ਨਵੀਂ ਖੇਤੀ ਨੀਤੀ ਆ ਰਹੀ ਹੈ, ਰੋਡ ਬਣ ਰਹੇ ਨੇ, ਸੜਕਾਂ ਨਿਕਲ ਰਹੀਆਂ ਨੇ, ਕਿਸਾਨ ਨੂੰ ਸਹੀ ਮੁਆਵਜ਼ਾ ਨਹੀਂ ਮਿਲਦਾ, ਤਾਂ ਫਿਰ ਇਹਦੇ ਲਈ ਕਿਸਾਨ ਆੰਦੋਲਨ ਕਾ ਹੀ ਰਾਸਤਾ ਹੈ। ਜਹਾਂ ਕੋ ਰਾਸਤਾ ਨਿਕਲੇ, ਜ਼ਮੀਨ ਨੂੰ ਕੇ ਭਾਵ ਠੀਕ ਨਹੀਂ ਮਿਲ ਰਹੇ। ਇਹ ਗੜਾ ਹੀ ਮੈਸੇਜ ਹੈ ਕਿ ਪਾਰਲੀਮੈਂਟ ਮੇਂ ਵੇ ਬੋਲਤੇ ਨਹੀਂ ਔਰ ਵਿਪਕਸ਼ ਮਜ਼ਬੂਤੀ ਸੇ ਆਪਣੀ ਬਾਤ ਵਹਾਂ ਪਰ ਰੱਖਤਾ ਹੈ ਔਰ MSP ਕੀ ਰੋਜ਼ ਸਵਾਲੋਂ ਪਰ ਬਾਤ ਹੋ ਰਹੀ। ਪਾਰਲੀਮੈਂਟ ਕੇ ਅੰਦਰ ਕੋਈ ਵੀ ਆਦਮੀ ਬੋਲਤਾ ਹੈ ਤਾਂ ਕਿਸਾਨ ਕੇ ਨਾਮ ਸੇ ਪਹਿਲੇ ਬੋਲਤਾ ਹੈ, ਤਾਂ ਇਹ ਜੀਤ ਹੈ ਔਰ ਯਹੀ ਆੰਦੋਲਨ ਹੈ। ਸਭ ਟਰੈਕਟਰ ਤਿਆਰ ਹੈ, ਚਿੰਤਾ ਨਾ ਕਰੋ। ਅਰਜਿਤ ਰਕੇਸ਼ ਟਕੈਤ ਜਿਹੜੇ ਹੈਗੇ ਹੈ ਪਹੁੰਚੇ ਹੈ, ਕਿਉਂਕਿ ਇਹਦੇ ਤੌਰ ਪਰ ਜਿਹੜਾ ਜ਼ਿਕਰ ਹੋਵੇ ਤਾਂ ਕੀ ਕੁਝ ਰਹਿਣ ਵਾਲਾ ਹੈ, ਕਿਉਂਕਿ ਸਮਰਥਨ ਦੇਣ ਦੇ ਲਈ ਪਹੁੰਚੇ ਰਕੇਸ਼ ਟਕੈਤ, ਔਰ ਉੱਥੇ ਹੀ ਜ਼ਿਕਰ ਹੋਵੇ ਤਾਂ ਕੀ ਕੁਝ ਇਸ ਦੇ ਵਿੱਚ ਨਿਕਲਦਾ ਹੈ, ਕਿਉਂਕਿ ਜਿਹੜਾ ਕਾਫਲਾ ਹੈ, ਕਾਫਲੇ ਨੇ ਅੱਜ ਜਿਹੜਾ ਇੱਕ ਪਾਸੇ ਮਹਾਂਪੰਚਾਇਤ, ਦੂਸਰੇ ਪਾਸੇ BKU ਗ੍ਰਾਹਾਂ ਵੱਲੋਂ ਅੱਜ ਚੰਡੀਗੜ੍ਹ ਦੇ ਮਟਕਾ ਚੌਂਕ ਤੱਕ ਪਹੁੰਚ ਕੇ ਮੈਮੋਰੈਂਡਮ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ ਜਿੱਤ ਦੇਣਾ ਹੈ, ਅਤੇ ਔਰ ਜਿਹੜੀਆਂ ਮੰਗਾਂ ਨੇ ਉਸ ਉੱਪਰ ਕੀ ਕੁਝ ਜਿਹੜਾ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸੂਰਿਆ TV, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।